ਇਹ ਤੁਸੀਂ ਵੇਖੋ ਕਿ ਸਿਆਲਕੋਟ ਲਾਹੌਰ ਮੋਟਰਵੇ ਜਿਹੜੀ ਹੈ ਵਰਕ ਇਨ ਪ੍ਰੋਗਰੈਸ। ਅਸੀਂ ਗੱਲ ਕਰ ਰਹੇ ਹਾਂ ਮੋਟਰਵੇ ਦੀ, ਅਤੇ ਇੱਧਰ ਤੁਸੀਂ ਵੇਖ ਮੋਟਰਵੇ ਦਾ ਕੋਈ ਨਾਮੋ ਨਿਸ਼ਾਨ ਨਹੀਂ, ਯਾਨੀ ਸੜਕ ਦੇ ਸੱਜੇ ਪਾਸੇ। ਔਰ ਜ਼ਾਹਰ ਇੱਥੇ ਕੋਈ ਇੰਟਰਚੇਂਜ ਬਣੇਗਾ ਜਾਂ ਕੋਈ ਬਾਈਪਾਸ ਬਣੇਗਾ, ਲੇਕਿਨ ਇੱਥੇ ਕੋਈ ਚੀਜ਼ ਫਿਲਹਾਲ ਨਹੀਂ। ਇਹਦਾ ਮਤਲਬ ਇਹ ਵੇ, ਔਰ ਜਿਹੜਾ ਇਹ ਪਲੈਨ ਹੈ ਕਿ ਜੀ ਮੋਟਰਵੇ ਜਿਹੜੀ ਇੱਥੋਂ ਲੱਗ ਕੇ ਅਤੇ ਖਾਰੀਆਂ ਤੱਕ ਬਣੇਗੀ, ਔਰ ਜ਼ਾਹਰ ਉਹ ਏਅਰਪੋਰਟ ਨੂੰ ਲਿੰਕ ਕਰਦੀ ਹੋਈ ਦਰਿਆ ਚਨਾਬ ਤੋਂ ਉੱਤੋਂ ਹੀ ਲੰਘੇਗੀ। ਅਤੇ ਜਾਂ ਕੱਲ੍ਹ ਜਿਸ ਤਰ੍ਹਾਂ ਕਿ ਅਸੀਂ ਸ਼ਹਿਬਾਜ਼ਪੁਰ ਦੇ ਪੁੱਲ 'ਤੇ ਗਏ ਸਾਂ, ਅਤੇ ਪਤਾ ਨਹੀਂ ਉਹਨੇ ਸ਼ਹਿਬਾਜ਼ਪੁਰ ਦੇ ਪੁੱਲ ਤੋਂ ਜਾਂਦੀ ਹੈ ਕਿ ਜਾਂ ਕਿਸੇ ਹੋਰ ਜਗ੍ਹਾ ਤੋਂ ਨਿਕਲਦੀ ਹੈ। ਆਓ ਇੱਥੇ ਸਾਹਮਣੇ ਕੰਮ ਲੱਗਾ, ਅਤੇ ਮੈਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਬੰਦਿਆਂ ਨਾਲ ਅਸੀਂ ਗੱਲ ਕਰ ਸਕੀਏ, ਅਤੇ ਮੂਰ ਅਗਰ ਵਿਖਾ ਸਕਣ ਅਤੇ ਸਾਹਮਣੇ ਬੰਦੇ ਕੰਮ ਲੱਗੇ ਨੇ। ਕਿ ਇਹ ਯਹਾਂ ਜੋ ਸੰਭੜਿਆਲ ਮੇਂ ਯਹਾਂ ਲਿੰਕ ਕਰ ਰਹੀ ਹੈ, ਯਹਾਂ ਸੇ ਇਸਲਾਮਾਬਾਦ ਤੱਕ ਕਿਤਨਾ ਮੋਟਰਵੇ ਕਾ ਫਾਸਲਾ ਹੈ? ਇਸਲਾਮਾਬਾਦ ਤੱਕ ਨਹੀਂ ਨਹੀਂ, ਲਾਹੌਰ ਤੱਕ 91 ਕਿਲੋਮੀਟਰ। ਇਹ ਸੰਭੜਿਆਲ ਸੇ ਲਾਹੌਰ ਤੱਕ 91 ਕਿਲੋਮੀਟਰ। 91 ਕਿਲੋਮੀਟਰ ਜੀ ਸਰ। ਅੱਛਾ, ਇਹ ਬਤਾਏ ਕਿ ਇਹ ਕਹਾਂ ਤੱਕ ਮੁਕੰਮਲ ਹੈ? ਸਰ ਜੀ, ਇਹ ਮਾਸ਼ਾਅੱਲਾ ਇਸ 28 ਤਰੀਕ ਕੋ ਇਸਕਾ ਇਫਤਿਤਾਹ ਹੋ ਰਹਾ ਹੈ। ਅੱਛਾ, ਪਹਿਲੇ ਪੋਰਸ਼ਨ ਕਾ ਤੋ ਮੈਂ ਇਫਤਿਤਾਹ ਕਰ ਚੁਕੇ ਹੈਂ। ਵੋ ਪਹਿਲਾ ਪੋਰਸ਼ਨ ਕਿਤਨੇ ਕਿਲੋਮੀਟਰ? 25 ਕਿਲੋਮੀਟਰ ਉਸਕਾ ਇਫਤਿਤਾਹ ਹੋ ਚੁਕਾ ਹੈ। ਜਿਸਕਾ ਮੇਜਰ ਜਨਰਲ ਆਸਫ ਗਫੂਰ ਨੇ ਵੀ ਐਲਾਨ ਕੀਤਾ ਸੀ। ਜੀ ਜੀ ਬਿਲਕੁਲ, ਉਸਕਾ 25 ਕਿਲੋਮੀਟਰ। ਵੋ 25 ਕਿਲੋਮੀਟਰ ਆਵਾਮ ਕੇ ਦੇ ਚੁਕੇ ਹੈਂ। ਕਾਸ਼ਾ ਕਾਕੂ ਸੇ ਲੈ ਕੇ ਆਗੇ ਆਗੇ ਮੁਰੀਦ ਕੇ ਤੱਕ। ਮੁਰੀਦ ਕੇ ਜੀ ਜੀ, ਵੋ ਮਾਸ਼ਾਅੱਲਾ ਹਮਾਰੇ ਆਵਾਮ ਕੇ ਇਸਤੇਮਾਲ ਮੇ ਲਾ ਚੁਕੇ ਹੈਂ ਹਮ ਲੋਗ। ਔਰ ਇਹ ਅਗਲਾ ਜੋ ਬਾਤ ਤੱਕ 66 ਕਿਲੋਮੀਟਰ ਤਕਰੀਬਨ ਜੋ ਬਚ ਰਹਾ ਹੈ, ਇਹ ਇਨਸ਼ਾਅੱਲਾ 28 ਤਰੀਕ ਕੋ ਇਸਕਾ ਇਫਤਿਤਾਹ ਹੋ ਰਹਾ ਹੈ। ਔਰ ਹਮ ਉਮੀਦ ਕਰ ਰਹੇ ਹੈ ਕਿ ਹਮਾਰੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਸਾਹਿਬ ਆਏਗੇ, ਉਸਕਾ ਇਫਤਿਤਾਹ ਕਰੇਂਗੇ, ਹਮਾਰੇ ਡੀਜੀ ਸਾਹਿਬ ਵੀ ਆਏਗੇ। ਤੋ 28 ਤਰੀਕ ਕੋ ਇਨਸ਼ਾਅੱਲਾ ਇਸਕਾ ਇਫਤਿਤਾਹ। ਅੱਛਾ, ਇਹ ਕਿਤਨੀ ਰੋਇਆ ਸੜਕ ਹੋਗੀ? ਇਹ 2 ਰੋਇਆ, 2 ਰੋਇਆ। ਇਹ ਕਿਤਨੀ ਰੋਇਆ ਹੋਗੀ? 2 ਰੋਇਆ। ਨਹੀਂ, ਇਹ 2 ਇੱਕ ਸਾਈਡ ਪੇ, 2 ਦੂਸਰੀ ਸਾਈਡ ਪੇ। ਅੱਛਾ, 2। ਜੀ ਜੀ, 2। ਔਰ ਜੋ ਆਮ ਦਿਹਾਤੋਂ ਕੀ ਟ੍ਰੈਫਿਕ ਹੈ ਉਹ ਕਹਾਂ ਜਾਏਗੀ? ਉਨਕੇ ਲਈ ਤੋ ਹਮਨੇ ਇੰਟਰਚੇਂਜ ਵੀ ਬਣਾਏ ਹੋਏ ਹੈ ਔਰ ਉੱਪਰ ਸੇ ਕੋਂਡਰ ਪਾਸ ਵਗੈਰਾ ਦੀ ਹੋਈ ਹੈ ਔਰ ਸਾਈਡ ਸੇ ਸਰਵਿਸ ਰੋਡ ਵੀ ਬਣਾ ਰਹੇ ਹੈ। ਤੋ ਇਨਸ਼ਾਅੱਲਾ ਜੋ ਲੋਕਲ ਲੋਕ ਹੋਣਗੇ ਉਨਸੇ ਮੁਸਤਫੀਦ ਹੋਣਗੇ। ਅੱਛਾ, ਦੂਸਰਾ ਇਹ ਬਤਾਏ ਜੀ ਕਿ ਯਹਾਂ ਆਗੇ ਤੋ ਬਿਲਕੁਲ ਕੋਈ ਨਾਮ ਨਿਸ਼ਾਨ ਨਹੀਂ ਹੈ ਜੋ ਜਹਾਂ ਸੇ ਆਪ ਵੋ ਇਹ ਫੀਜ਼ੀਬਿਲਟੀ ਫੀਜ਼ੀਬਿਲਟੀ ਰਿਪੋਰਟ ਤਿਆਰ ਹੋ ਚੁੱਕਾ ਹੈ ਇਸਕਾ ਖਾਰੀਆ ਸੈਕਸ਼ਨ ਕਾ ਵੀ ਔਰ ਇੰਟਰਚੇਂਜ ਹਮਾਰਾ ਇਸ ਸੈਕਸ਼ਨ ਕਾ ਵੀ ਇੱਕ ਇਧਰ ਲੈਫਟ ਸੇ ਨਿਕਲੇਗਾ। ਅਗਰ ਆਪ ਇਧਰ ਦੇਖਤੇ ਹੈ ਤੋ ਫੈਕਟਰੀ ਕੇ ਉੱਪਰ ਹਮਨੇ ਮਾਰਕਿੰਗ ਕੀ ਹੋਈ ਹੈ ਉਹ ਸਾਹਮਣੇ ਰੇਡ ਸਾਈਡ ਸੇ, ਔਰ ਇਸੀ ਤਰ੍ਹਾਂ ਉਹ ਲੈਫਟ ਸਾਈਡ ਸੇ ਵੀ ਉਹ ਸਫੇਦੋਂ ਕੇ ਦਰਖਤ ਸੇ ਨਿਕਲੇਗਾ, ਉਹ ਬਣੇਗੇ। ਇਹ ਹਮਨੇ ਟੈਂਪਰੇਰੀ ਲੂਪ ਬਣਾ ਲਿਆ ਹੈ ਤਾਂ ਕਿ ਇਹ ਲੋਕ ਬਾਕੀ ਮੋਟਰਵੇ ਜੋ ਤਿਆਰ ਹੋ ਚੁੱਕਾ ਹੈ ਇਸ ਸੇ ਫਾਇਦਾ ਉਠਾ ਸਕੇ। ਬਿਲਕੁਲ ਸਹੀ, ਔਰ ਤਾਂ ਕਿ ਇਫਤਿਤਾਹ ਵੀ ਹੋ, ਇਫਤਿਤਾਹ ਹੋ ਸਕੇ ਔਰ ਲੋਕ ਇਸ ਕੋ ਇਸਤੇਮਾਲ ਮਿਲੇ। ਇਹ ਅਸੀਂ ਸ਼ਹਿਬਾਜ਼ਪੁਰ ਪੁੱਲ ਤੇ ਖੜੇ ਹਾਂ, ਜਿਹਦੇ ਇੱਕ ਪਾਸੇ ਜਿਹੜਾ ਉਹ ਮੋਹਟਾ ਕਿਲਾ ਹੈ ਔਰ ਦੂਸਰੇ ਪਾਸੇ ਜਿਹੜਾ ਉਹ ਸ਼ਹਿਬਾਜ਼ਪੁਰ ਹੈ, ਔਰ ਇਹ ਦਰਿਆ ਚਨਾਬ ਦੇ ਉੱਤੇ ਪੁੱਲ ਬਣਿਆ। ਤੁਸੀਂ ਵੇਖ ਸਕਦੇ ਹੋ ਪਿੱਛੇ ਕਿ ਬਹੁਤ ਇਹਦੀ ਲੰਬਾਈ ਹੈ, ਔਰ ਪਿੱਛੇ ਤੁਸੀਂ ਅਗਰ ਵੇਖੋ ਤਾਂ ਦਰਿਆ ਹੈ, ਇਹ ਉਹ ਦਰਿਆ ਜਿਹੜਾ ਠਾਠਾ ਮਾਰਦਾ ਸੀ। ਇੱਥੇ ਕਈ ਵਾਰੀ ਕਸ਼ਮੀਰ ਤੋਂ ਰੋੜ ਕੇ ਬੜੀ ਲੱਕੜ ਵੀ ਆਉਂਦੀ ਸੀ, ਇੱਕ ਵਾਰੀ ਮੇਰੀ ਹੋਸ਼ ਬੜੀ ਲੱਕੜ ਆਈ ਜਦੋਂ ਹੜ੍ਹ ਆਇਆ। ਅੱਛਾ, ਔਰ ਇਹਦੀ ਜਿਹੜੀ ਸ਼ੁਕਰ ਸੀ ਇਹ ਸੰਭੜਿਆਲ ਤੱਕ ਜਾਂਦੀ ਸੀ, ਯਾਨੀ 10-10 12-12 ਕੋਵਾਂ 'ਤੇ ਇਹਦੀ ਆਵਾਜ਼ ਜਾਂਦੀ ਸੀ ਇੱਕ ਜ਼ਮਾਨੇ ਦੇ ਵਿੱਚ। ਲੇਕਿਨ ਹੁਣ ਇਹ ਜਿਹੜਾ ਇਹ ਦਰਿਆ ਕਦੀ ਖੁਸ਼ਕ ਨਹੀਂ ਸੀ ਹੋਇਆ, ਲੇਕਿਨ ਅੱਜ ਕੱਲ੍ਹ ਇਹ ਸੁੱਕਾ ਪਿਆ ਹੁੰਦਾ, ਮਾਂ ਸਵਾਏ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਇਹ ਬਿਲਕੁਲ ਜਿਹੜਾ ਉਹ ਖੁਸ਼ਕ ਹੁੰਦਾ। ਅੱਛਾ, ਇਹਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਸ਼ਾਇਦ ਇਹਦੇ ਉੱਤੇ ਹੀ ਮੋਟਰਵੇ ਨੂੰ ਲਿੰਕ ਕੀਤਾ ਜਾਏਗਾ, ਜਿਹੜੀ ਸਿਆਲਕੋਟ ਲਾਹੌਰ ਮੋਟਰਵੇ ਵੇ, ਔਰ ਇੱਥੋਂ ਇਹਨੂੰ ਖਾਰੀਆਂ ਤੋਂ ਜਾ ਕੇ ਐਗਜ਼ਿਟ ਦਿੱਤਾ ਜਾਏਗਾ। ਖਾਰੀਆਂ ਵਾਲਾ ਜਿਹੜਾ ਸਾਈਨ ਬੋਰਡ ਹੈ ਉਹ ਤੁਸੀਂ ਵੇਖਿਆ? ਅੱਛਾ, ਇਹ ਜਿਹੜਾ ਹੁਣ ਲੇਕਿਨ ਇੱਥੇ ਆ ਕੇ ਮੈਨੂੰ ਪਤਾ ਇਹ ਚੱਲਿਆ ਕਿ ਉਹਦੇ ਵਾਸਤੇ ਕੋਈ ਹੋਰ ਥਾਂ 'ਤੇ ਪੁੱਲ ਬਣਾਏ ਜਾਣਦੇ, ਚੁੱਕੇ ਇਹ ਮੋਟਰਵੇ ਲਈ ਤਾਂ ਪੁੱਲ ਦਾ ਹਰੇ ਛੋਟਾ ਹੈ, ਜਾਂ ਤਾਂ ਇੱਕ ਪਾਸਿਓਂ ਸੜਕ ਟ੍ਰੈਫਿਕ ਲੰਘਾਈ ਜਾਏ ਔਰ ਦੂਸਰੇ ਪਾਸੇ ਦੂਸਰਾ ਪੁੱਲ ਬਣਾਇਆ ਜਾਏ। ਹੁਣ ਜੋ ਵੀ ਕੋਸ਼ਿਸ਼ ਕਰਾਂਗੇ ਕਿ ਕਿਸੇ ਮੋਟਰਵੇ ਅਥਾਰਟੀ ਨਾਲ ਗੱਲ ਕਰ ਸਕੀਏ ਅਗਰ ਉਹ ਸਾਨੂੰ ਮਿਲ ਸਕੇ। ਕੋਟ ਔਰ ਸੰਭੜਿਆਲ, ਸੰਭੜਿਆਲ ਤੱਕ ਇਹ ਮੋਟਰਵੇ ਵੀ ਅੱਗੇ ਜਿਸ ਤਰ੍ਹਾਂ ਕਿ ਅਸੀਂ ਉਹ ਗੱਲ ਕੀਤੀ ਉੱਥੇ ਕਿ ਉੱਥੋਂ ਤੱਕ ਅੱਗੇ ਇੰਟਰਚੇਂਜ ਫਿਲਹਾਲ ਨਹੀਂ ਬਣਿਆ, ਲੇਕਿਨ ਉੱਥੇ ਉਤਰਨ ਦਾ ਜਿਹੜਾ ਉਹ ਬਣਿਆ ਅਤੇ 28 ਨੂੰ ਉਫਤਾ ਹੈ। ਇਹ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪਿੰਡਾਂ ਨੂੰ ਮਿਲਾਉਣ ਲਈ ਉਹਨਾਂ ਦੇ ਥੱਲੇ ਅੰਡਰਪਾਸ ਬਣਿਆ। ਸ਼ਾਇਦ ਲੋ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਰੋਨ ਉਡਾ ਕੇ ਅਤੇ ਤੁਹਾਨੂੰ ਜ਼ਰਾ ਮੋਟਰਵੇ ਦਾ ਨਜ਼ਾਰਾ ਵਿਖਾ ਦੇਈਏ। ਗੱਲ ਬਣੇ ਸ਼ਾਇਦ ਪਹਿਲਾ ਡਰੋਨ ਹੋਏ ਜਿਹੜਾ ਤੁਹਾਨੂੰ ਮੋਟਰਵੇ ਦਾ ਨਜ਼ਾਰਾ ਵਿਖਾਏਗਾ। ਕੋਸ਼ਿਸ਼ ਕਰਾਂਗੇ ਛੋਟਾ ਜਿਹਾ ਇੱਕ ਸੀਨ, ਤਾਂ ਕਿ ਪਿੱਛੇ ਤੁਸੀਂ ਵੇਖ ਸਕ ਵੇਖਿਆ ਜਿਸ ਤਰ੍ਹਾਂ ਕਿ ਤੁਸੀਂ ਉਹ ਕੰਮ ਕਰ ਰਹੇ ਨੇ, ਔਰ ਅੱਗੇ ਜਿਹੜਾ ਇੱਥੋਂ ਤੱਕ ਹੈ ਤਕਰੀਬਨ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ, ਔਰ ਉਮੀਦ ਕਰ ਰਹੇ ਹਾਂ ਕਿ 28 ਤੱਕ ਇਹ ਜਿਹੜਾ ਤਿਆਰ ਹੋ ਜਾਏਗਾ। ਉਹ ਬਿਲਕੁਲ ਮੇਰੇ ਸਾਹਮਣੇ, ਅਗਰ ਭਲਵਾਨ ਮੈਨੂੰ ਪਿੱਛੇ ਕਰਕੇ ਵਿਖਾ ਸਕੇ, ਤਾਂ ਉਹ ਨਜ਼ਰ ਆ ਰਿਹਾ ਜਿਹੜਾ ਆਪਣਾ ਟੋਲ ਪਲਾਜ਼ਾ ਹੈ।
ਯਾਨੀ ਜਿੱਥੋਂ ਲੋਕ ਐਂਟਰ ਹੁੰਦੇ ਆ ਹੋਇਆ ਜਿਹੜਾ ਉਹ ਵੇਖ ਸਕਦੇ ਨੇ। ਸਿਆਲਕੋਟ ਦਾ ਇੰਟਰਨੈਸ਼ਨਲ ਏਅਰਪੋਰਟ ਦੇਖ ਰਹੇ ਹਾਂ ਜੋ ਕਿ ਬਿਲਕੁਲ ਸੰਭੜਿਆਲ ਕੇ ਨਵਾਹ ਮੇ ਹੈ ਔਰ ਅਬ ਯੇ ਯਹਾਂ ਇਸਕੋ ਮੋਟਰਵੇ ਜੋ ਬਣ ਰਹੀ ਹੈ ਲਾਹੌਰ ਸਿਆਲਕੋਟ ਔਰ ਇਸਕੋ ਖਾਰੀਆਂ ਕੇ ਸਾਥ ਲਿੰਕ ਕੀਆ ਜਾ ਰਿਹਾ ਹੈ। ਯੇ ਆਪ ਬੋਰਡ ਦੇਖ ਰਹੇ ਹੈ ਸਿਆਲਕੋਟ ਕਾ ਔਰ ਯੇ ਏਅਰਪੋਰਟ ਤਾਂ ਖੰਭਰਾਂ ਵਾਲਾ ਤਾਨਾ ਵਾਲੀ ਚੱਕ ਜੈਂਤਾ ਬਿਆਲਾ ਦੌਲੋ ਪੀਲੋ ਯੇ ਦਿਹਾਤੋਂ ਕੇ ਨਾਮ ਹੈ।